پاک خدا پاک خدا مینو پاک بنا پاک خدا مینو پاک بنا در تیرے تے میری دعا در تیرے تے میری دعا پاک خدا बना पाक खुदा मनु पाक बना तेरे ते मेन पाक बना दर तेरे ते मेरी दुआ दर तेरे ते मेरी दुआ, ते ते मेरी दुआ। आओ असी प्रभु सना गाई क्यों जो उसने फतेह पाई है प्रभु मेरी शक्ति अति मेरी ताकत है ਉਹ ਮੇਰੀ ਮੁਕਤੀ ਹੈ ਹਾਲੇਲੂਇਆ ਬਾਪ ਅਤੇ ਬੇਟਾ ਅਤੇ ਰੂਹ پاک ਦੇ ਨਾਂ ਦੇ ਉੱਤੇ ਅਮੇਨ ਸਾਡੇ ਪ੍ਰਭੂ ਯਿਸੂ ਮਸੀਹ ਦਾ ਫ਼ਜ਼ਲ ਖੁਦਾਬਾਪ ਦਾ ਪ੍ਰੇਮ ਅਤੇ ਰੂਹ پاک ਦੀ ਸਾਂਝ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਅਤੇ ਤੁਹਾਡੇ ਰੂਹ ਨਾਲ ਵੀ ਹੋਵੇ ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਤ ਭੈਣੋ ਅੱਜ ਦੇ ਪਹਿਲੇ ਪਾਠ ਵਿੱਚ ਸਾਨੂੰ ਸੁਣਨ ਨੂੰ ਮਿਲਦਾ ਹੈ ਕੀ ਫਿਲਪਸ ਜੋ ਪਵਿੱਤਰ ਆਤਮਾ ਦੀ ਅਗਵਾਈ ਵਿੱਚ ਇੱਕ ਬਹੁਤ ਵੱਡੇ ਅਧਿਕਾਰੀ ਨੂੰ ਮਿਲਦਾ ਹੈ ਜੋ ਕਿ ਜਿਸਾਏ ਨਬੀ ਦੇ ਗ੍ਰੰਥ ਵਿੱਚੋਂ ਪੜ ਰਿਹਾ ਸੀ ਤਾਂ ਪਵਿੱਤਰ ਆਤਮਾ ਉਸ ਦੀ ਅਗਵਾਈ ਕਰਦੀ ਹੈ ਕਿ ਉਸ ਰੱਥ ਦੇ ਕੋਲ ਜਾਵੇ ਅਤੇ ਜੋ ਅਧਿਕਾਰੀ ਉਹ ਬਾਈਬਲ ਦੇ ਵਿੱਚੋਂ ਪੜ ਰਿਹਾ ਹੈ ਉਸ ਦੇ ਬਾਰੇ ਉਸ ਨੂੰ ਉਸ ਦੀ ਵਿਆਖਿਆ ਕਰਕੇ ਉਸ ਦੇ ਬਾਰੇ ਦੱਸੇ ਤਸ ਸ ਅਸੀਂ ਸੁਣਾਂਗੇ ਕਿ ਕਿਸ ਤਰ੍ਹਾਂ ਸੰਤ ਫਿਲਪਸ ਨੇ ਉਸ ਕੋਜੇ ਨੂੰ ਐਕਸਪਲੇਨ ਕੀਤਾ ਉਸ ਨੂੰ ਵਿਆਖਿਆ ਕੀਤੀ ਅਤੇ ਉਹ ਪਾਸੇਜ ਬਾਰੇ ਸਮਝਾਇਆ ਜੋ ਪ੍ਰਭ ਯਿਸੂ ਮਸੀਹ ਦੇ ਬਾਰੇ ਹੀ ਦੱਸਿਆ ਗਿਆ ਸੀ ਅਤੇ ਜਦੋਂ ਉਹ ਸਦਕਾਰੀ ਨੇ ਉਹ ਸਮਝ ਲਿਆ ਤਾਂ ਉਸ ਨੇ ਉਸੇ ਵੇਲੇ ਪ੍ਰਭ ਯਿਸੂ ਮਸੀਹ ਵਿੱਚ ਬਪਤਿਸਮਾ ਲਿਆ ਅਸੀਂ ਪ੍ਰਭੂ ਇਹ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸੀ ਹੋਣ ਦੇ ਨਾਤੇ ਪ੍ਰਭੂ ਯਿਸੂ ਮਸੀਹ ਸਾਡੇ ਅਗਵਾਈ ਕਰਦਾ ਹੈ ਆਪਣੀ ਪਵਿੱਤਰ ਆਤਮਾ ਦੇ ਦੁਆਰਾ ਤਾਂ ਕਿ ਅਸੀਂ ਉਹਨਾਂ ਲੋਕਾਂ ਨੂੰ ਉਹ ਰੋਸ਼ਨੀ ਦੇ ਸਕੀਏ ਜਿਨ੍ਹਾਂ ਬਾਰੇ ਉਸ ਨੂੰ ਨਹੀਂ ਪਤਾ ਅਤੇ ਇਸ ਤਰ੍ਹਾਂ ਬਪਤਿਸਮੇ ਦੇ ਸੈਕਰਾਮੈਂਟਾਂ ਦੇ ਦੁਆਰਾ ਬਹੁਤ ਸਾਰੀਆਂ ਰੂਹਾਂ ਨੂੰ ਬਚਾ ਸਕੀਏ ਇਹ ਕੰਮ ਸਾਰੇ ਪ੍ਰਭੂ ਸਾਡੇ ਕੋਲੋਂ ਵੀ ਕਰਵਾਉਣੇ ਚਾਹੁੰਦਾ ਹੈ ਤਾਂ ਕਿ ਉਸੇ ਆਪਣੀ ਜ਼ਿੰਦਗੀ ਦੇ ਦੁਆਰਾ ਆਪਣੇ ਪ੍ਰਚਾਰ ਦੇ ਦੁਆਰਾ ਆਪਣੇ ਵਿਸ਼ਵਾਸ ਦੇ ਦੁਆਰਾ ਉਸ ਪਾਣੀਵਾਲ ਅਤੇ ਪਵਿੱਤਰ ਆਤਮਾ ਵਾਲੋਆਂ ਨੂੰ ਲੋਕਾਂ ਨੂੰ ਲਿਆਈਏ ਜਿਨ੍ਹਾਂ ਨੇ ਅਜੇ ਤੱਕ ਉਹਨਾਂ ਨੂੰ ਨਹੀਂ ਜਾਣਿਆ ਇਸ ਲਈ ਆਓ ਸਾਰੇ ਖੁਦਾ ਅੱਗੇ ਦੁਆ ਕਰੀਏ ਕਿ ਪ੍ਰਭੂ ਯੀਸੂ ਨੇ ਸੋਜੋ ਸਾਨੂੰ ਬੁਲਾਹਟ ਦਿੱਤੀ ਹੈ ਉਸ ਬੁਲਾਹਟ ਦੇ ਦੁਆਰਾ ਅਸੀਂ ਰੂਹਾਂ ਨੂੰ ਬਚਾਉਣ ਵਾਲੇ ਬਣੀਏ ਅਸੀਂ ਆਪਣੇ ਗੁਨਾਹਾਂ ਤੇ ਵੀ ਮਾਫੀ ਮੰਗੀ ਅਤੇ ਇਸ ਕੁਰਬਾਨੀ ਦੇ ਵਿੱਚ ਹਿੱਸਾ ਲੈਣ ਦੇ ਲਈ ਆਪਣੇ ਆਪ ਨੂੰ ਤਿਆਰ ਕਰੀ ਕਿਉਂਕਿ ਪ੍ਰਭੂ ਯਿਸੂ ਮਸੀਹ ਕਹਿੰਦਾ ਮੈਂ ਹੀ ਜੀਵਨ ਦੀ ਰੋਟੀ ਹਾਂ ਅਤੇ ਜੋ ਮੈਨੂੰ ਖਾਂਦਾ ਹੈ ਉਹ ਹਮੇਸ਼ਾ ਦਾ ਜੀਵਨ ਪਾਉਂਦਾ ਹੈ ਅਤੇ ਅਸੀਂ ਇਸ altar ਤੋਂ ਇਸ ਪ੍ਰਭੂ ਦੇ ਮੇਜ਼ ਤੋਂ ਉਹ ਰੋਟੀ ਖਾਂਦੇ ਹਾਂ ਜੋ ਸਾਨੂੰ ਅਨੰਤ ਜੀਵਨ ਦਿੰਦੀ ਹੈ ਇਸ ਲਈ ਆਓ ਅਸੀਂ ਇਸ ਰੋਟੀ ਨੂੰ ਸਵੀਕਾਰ ਕਰਨ ਲਈ ਯੋਗ ਰੀਤੀ ਨਾਲ ਇਸ ਨੂੰ ਆਪਣੇ ਜੀਵਨ ਵਿੱਚ ਹਾਸਲ ਕਰਨ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਪ੍ਰਾਪਤ ਪੈਨੋ ਕਿ ਮੈਂ ਸੋਚਣ ਨਾਲ ਬੋਲਣ ਨਾਲ ਕਰਨ ਨਾਲ ਅਤੇਨ ਗੈਲ ਨਾਲ ਬਹੁਤ ਨਰਾ ਕੀਤੇ ਆਪਣੇ ਦੋਸਤ ਨਾਲ ਆਪਣੇ ਹੀ ਦੋਸਤ ਨਾਲ ਆਪਣੇ ਬਹੁਤ ਵੱਡੇ ਦੋਸਤ ਨਾਲ ਇਸ ਲਈ ਮੈਂ ਤੁਸਦਾ ਕੁਆਰੀ ਮਰੀਏ ਸਾਰੇ ਫਰਿਸ਼ਤੇ ਆਤੇ ਸੰਤਾ ਅਦੇ ਤੁਹਾਡੇ ਅਗੇ ਹੈ ਪ੍ਰਾਉ ਤੇ ਪੈਨੋ ਬੇਨਤੀ ਕਰਦੀ ਹਾਂ ਕਿ ਮੇਰੇ ਲਈ ਪ੍ਰਭੂ ਕਦਾ ਦੇ ਅਗੇ ਪ੍ਰਾਰਥਨਾ ਕਰੋ ਸਰਵਸ਼ਕਤੀਮਾਨ ਖੁਦਾ ਸਾਡੇ ਉੱਤੇ ਦਇਆ ਕਰੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਵੱਲ ਪਹੁੰਚਾਵੇ ਆਮੇਨ ਐ ਪ੍ਰਭੂ ਦਇਆ ਕਰ ਐ ਪ੍ਰਭੂ ਦਇਆ ਕਰ ਐ ਮਸੀਹਾ ਦਇਆ ਕਰ ਐ ਮਸੀਹਾ ਦਇਆ ਕਰ ਐ ਪ੍ਰਭੂ ਦਇਆ ਕਰ ਐ ਪ੍ਰਭੂ ਦਇਆ ਕਰ ਅਸੀਂ ਪ੍ਰਾਰਥਨਾ ਕਰੀ ਐ ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ ਪਾਸਕਾ ਦੇ ਇਨਾ ਦਿਨਾਂ ਦੇ ਦੌਰਾਨ ਤੂੰ ਆਪਣੇ ਪਿਆਰ ਦੀ ਮਹਾਨਤਾ ਨੂੰ ਸਾਡੇ ਉੱਤੇ ਜ਼ਾਹਿਰ ਕੀਤਾ ਹੈ ਬਖਸ਼ ਦੇ ਕਿ ਤੇਰੇ ਮਿਹਰ ਭਰੇ ਪਿਆਰ ਨੂੰ ਅਸੀਂ ਪੂਰੀ ਤਰ੍ਹਾਂ ਮਹਿਸੂਸ ਕਰ ਸਕੀਏ ਜੋ ਹਰ ਗਲਤੀ ਤੋਂ ਮੁਕਤ ਹੋ ਕੇ ਅਸੀਂ ਹੋਰ ਮਜ਼ਬੂਤੀ ਨਾਲ ਤੇਰੀ ਸੱਚਾਈ ਦੀ ਸਿੱਖਿਆ ਉੱਤੇ ਅਮਲ ਕਰ ਸਕੀਏ ਸਾਡੇ ਪ੍ਰਭੂ ਯਿਸੂ ਜੀ ਤੇਰੇ بیٹے ਦੇ ਰਾਹੀਂ ਜੋ ਤੇਰੇ ਨਾਲ ਰੂਪਾਕਤੀ ਇਕਤਾ ਵਿੱਚ ਇੱਕ ਖੁਦਾ ਚੀਂਦਾ ਤੇ ਰਾਜ ਕਰਦਾ ਹੈ ਸਦਾਤੋਂ ਸਦਾਤੀ ਕਰ ਆਮੀਨ पाठ पहला चेलिया करतब और अठ पापती छब्बी तो चाली आय तक प्रभु ने एक स्वर्गदूत ने फिलिपस कहा उठ अति दखण यरुशलम तो गाजा जान वाली सड़क ती जा ए सड़क वीरान हो चुकी है फिलिपुस अति चल पिया देखो एक इथोपिया निवासी खोजा ਜੋ ਅਥੋਫੀਆ ਦੀ ਰਾਣੀ ਕਦਾਕੀ ਦਾ ਇੱਕ ਵੱਡਾ ਅਫਸਰ ਸੀ ਅਤੇ ਉਸ ਦੀ ਸਾਰੀ ਖਜ਼ਾਨੇ ਦਾ ਅਧਿਕਾਰੀ ਸੀ ਆराधना ਦੇ ਲਈ ਯਰੂਸ਼ਲਮ ਆਇਆ ਸੀ ਹੁਣ ਉਹ ਵਾਪਸ ਜਾ ਰਿਹਾ ਸੀ ਅਤੇ ਆਪਣੀ ਰਾਤ ਵਿੱਚ ਬੈਠਾ ਹੋਇਆ ਜੋਸ਼ਯਾ ਨਬੀ ਦੀ ਪੁਸਤਕ ਦਾ ਪਾਠ ਕਰ ਰਿਹਾ ਸੀ ਪਵਿੱਤਰ ਆਤਮਾ ਨੇ ਫੁਲਪੁਸ ਨੂੰ ਕਹਾ ਅੱਗੇ ਵਧ ਅਤੇ ਇਸ ਰਾਤ ਦੀ ਨਾਲ ਹੋ ਜਾ ਫਿਲਪੁਸ ਉਸਵਲ ਧੋੜਿਆ ਅਤੀ ਉਸ ਨੂੰ ਜਿਸ਼ਾਇਆ ਨਬੀ ਦੀ ਪੁਸਤਕ ਦਾ ਪਾਠ ਕਰਦੇ ਸੁਨਿਆ ਅਸਨੇ ਫਿਲਪੁਸ ਨੂੰ ਇਸਤੇ ਫਿਲਪੁਸ ਨੇ ਉਸ ਤੋਂ ਪੁੱਛਿਆ ਜੋ ਤੁਸੀਂ ਪੜ ਰਹੀ ਹੋ ਕੀ ਸਮਝਦੇ ਵੀ ਹੋ ਅਸਨੇ ਉੱਤਰ ਦਿੱਤਾ ਜਦੋਂ ਤੱਕ ਕੋਈ ਮੈਨੂੰ ਸਮਝਾਏ ਨਾ ਮੈਂ ਕਿਸ ਤਰ੍ਹਾਂ ਸਮਝ ਸਕਦਾ ਹਾਂ ਫਿਰ ਉਸਨੇ ਫਿਲਪੁਸ ਅੱਗੇ ਬੇਨਤੀ ਕੀਤੀ ਕਿ ਉਹ ਉੱਪਰ ਆ ਕੇ ਉਸ ਨਾਲ ਬੈਠੇ ਧਰਮ ਗ੍ਰੰਥ ਵਿੱਚੋਂ ਜੋ ਪ੍ਰਸੰਗ ਉਹ ਪੜ੍ਹ ਰਿਹਾ ਸੀ ਉਹ ਇਹ ਹੀ ਸੀ ਜਿਵੇਂ ਪੇਟ ਕੱਟੀ ਜਾਂਦੀ ਲਈ ਲੈ ਜਾਂਦੀ ਸਮੇਂ ਅਤੀ ਲੀਲਾ ਉਨਕਤਰਨ ਦੇ ਸਮੇਂ ਚੁੱਪ ਰਹਿੰਦੇ ਹਨ اسی ਤਰ੍ਹਾਂ ਉਸ ਨੇ ਆਪਣਾ ਮੂੰਹ ਨਾ ਖੋਲਿਆ ਉਹ ਤੁਸ਼ ਚਾਣਿਆ ਗਿਆ ਅਤੀ ਨਿਆ ਤੋਂ ਵਾਂਝਾ ਰੱਖਿਆ ਗਿਆ ਉਸਦੀ ਵੰਸ਼ਾਵਲੀ ਦਾ ਵਰਣਨ ਕੌਣ ਕਰੇਗਾ ਕਿਉਂਕਿ ਉਸ ਦਾ ਜੀਵਨ ਤਰਤੀ ਉਤੋਂ ਸਮਾਪਿਤ ਕੀਤਾ ਜਾ ਰਿਹਾ ਹੈ ਖੋਜੀ ਨੇ ਫਿਲਪਸ ਤੋਂ ਪੁੱਛਿਆ ਕਿਰਪਾ ਕਰਕੇ ਮੈਨੂੰ ਦੱਸ ਕਿ ਨਬੀ ਕਿਸ ਦੇ ਬਾਰੇ ਕਹਿ ਰਿਹਾ ਹੈ ਆਪਣੀ ਬਾਰੇ ਜਾਂ ਕਿਸੇ ਹੋਰ ਦੇ ਤਦ ਫਿਲਪਸ ਨੇ ਬੋਲਣਾ ਸ਼ੁਰੂ ਕੀਤਾ ਅਤੀ ਤਰਮ ਗ੍ਰੰਥ ਇਸ ਪਰਯੋਗ ਤੋਂ ਸ਼ੁਰੂ ਕਰਕੇ ਉਸਨੇ ਉਸ ਨੂੰ ਯੇਸੂ ਦਾ ਸੁਭ ਚਮਚਾਰ ਸੁਣਾਇਆ ਚਲਦੀ ਚਲਦੀ ਉਹ ਰਾਹ ਵਿੱਚ ਇੱਕ ਇਹੋ ਜਹੀ ਥਾਂ ਤੇ ਪਹੁੰਚੇ ਜਿੱਥੇ ਪਾਣੀ ਸੀ ਕੋਜੇ ਨੇ ਕਿਹਾ ਦੇਖ ਇੱਥੇ ਪਾਣੀ ਹੈ ਹੁਣ ਮੇਰੇ ਬਪਤਿਸਮਾ ਲੈਣ ਵਿੱਚ ਕੀ ਰਕਾਵਟ ਹੈ ਫਿਲਪਸ ਨੇ ਕਿਹਾ ਇਹ ਹੋ ਸਕਦਾ ਹੈ ਜੇਕਰ ਤੂੰ ਆਪਣੇ ਸਾਰੇ ਮਨ ਨਾਲ ਵਿਸ਼ਵਾਸ ਕਰਦਾ ਹੈ ਉਸਨੇ ਉੱਤਰ ਦਿੱਤਾ ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਮਸੀਹ ਪਰਮੇਸ਼ਵਰ ਦੇ ਪੁੱਤਰ ਹਨ ਕੋਜੇ ਨੇ ਰਾਤ ਨੂੰ ਕੰਦਾ ਹੁਕਮ ਦਿੱਤਾ ਫਿਰ ਉਹ ਵੀ ਦੋਵੇਂ ਫਿਲਪਸ ਅਤੇ ਕੋਜਾ ਪਾਣੀ ਵਿੱਚ ਉਤਰੇ ਅਤੇ ਫਿਲਪਸ ਨੇ ਉਸ ਨੂੰ ਬਪਟਿਸਮਾ ਦਿੱਤਾ ਜਦੋਂ ਉਹ ਪਾਣੀ ਵਿੱਚੋਂ ਨਿਕਲ ਕੇ ਉੱਪਰ ਆਏ ਤਾਂ ਪ੍ਰਭੂ ਦੀ ਆਤਮਾ ਫਿਲਪਸ ਨੂੰ ਚੁੱਕ ਕੇ ਲੱਗ ਗਈ ਕੋਜੇ ਨੇ ਉਸ ਨੂੰ ਫਿਰ ਨਾ ਦੇਖਿਆ ਅਤੇ ਉਹ ਨੰਦ ਮਨੋਂਦਾ ਹੋਇਆ ਆਪਣੇ ਰਾਹ ਚੱਲ ਗਿਆ ਉਦਰ ਫਿਲਪਸ ਅਜਦੇਦ ਵਿੱਚ ਦਿਖਾਈ ਦਿੱਤਾ ਅਤੀ ਕੈਸਰੀਆ ਪਹੁੰਚਣ ਤੱਕ ਸ਼ਹਿਰ ਸ਼ਹਿਰ ਵਿੱਚ ਸੁਬਸਮਾਚਾਰ ਸੁਣਾਉਂਦਾ ਗਿਆ ਇਹ ਪ੍ਰਭੂ ਦੀ ਬਾਣੀ ਹੈ ਖੁਦਾ ਦਾ ਸ਼ੁਕਰ ਹੋਵੇ ਯਾਰਬ ਤੂੰ ਮੇਰੀ ਪਾਣਾ ਹੈ ਸੋ ਤੂੰ ਹੈ ਮੇਰੀ ਜਾ अब्बुमे ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਰੂਹ ਨਾਲ ਵੀ ਹੋਵੇ ਪਾਠ ਪਵਿੱਤਰ ਅੰਛਿਲ ਦਾ ਸੰਤੀ ਇਹ ਹੁਣਾ ਦੇ ਅਨੁਸਾਰ ਤੇਰੀ ਬੜੀ ਆਏ ਹੋਵੇ ਐ ਪ੍ਰਭੂ ਕੋਈ ਵੀ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਬਾਪ ਉਸ ਜਿਸ ਨੇ ਮੈਨੂੰ ਕੱਲਿਆ ਹੈ ਉਸ ਨੂੰ ਖਿੱਚ ਨਾ ਲਿਆਵੇ ਅਤੇ ਮੈਂ ਉਸ ਨੂੰ ਆਖਰੀ ਦਿਨ ਚੀਉਂਦਾ ਕਰਾਂਗਾ ਨਬੀਆਂ ਦੀਆਂ ਲਿਖਤਾਂ ਵਿੱਚ ਇਹ ਲਿਖਿਆ ਹੋਇਆ ਹੈ ਉਹ ਸਾਰੇ ਖੁਦਾ ਤੋਂ ਸਿੱਖਿਆ ਪਾਉਣਗੇ ਹਰ ਕੋਈ ਜਿਸ ਨੇ ਬਾਪ ਤੋਂ ਸੁਨਿਆ ਹੈ ਅਤੇ ਸਿੱਖਿਆ ਹੈ ਉਹ ਮੇਰੇ ਕੋਲ ਆਉਂਦਾ ਹੈ ਇਹ ਨਬੀ ਇਹ ਨਹੀਂ ਕਿ ਕਿਸੇ ਨੇ ਬਾਪ ਨੂੰ ਵੇਖਿਆ ਹੋਵੇ ਸਿਵਾਏ ਉਸ ਦੇ ਜੋ ਖੁਦਾ ਕੋਲੋਂ ਆਇਆ ਹੈ ਉਸਨੇ ਬਾਪ ਨੂੰ ਵੇਖਿਆ ਹੈ ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਜੋ ਈਮਾਨ ਰੱਖਦਾ ਹੈ ਅਨੰਤ ਜੀਵਨ ਉਸੇ ਦਾ ਹੈ ਜੀਵਨ ਦੀ ਰੋਟੀ ਮੈਂ ਹਾਂ ਤੁਹਾਡੇ ਪੁਰਖਿਆਂ ਨੇ ਉਜਾੜ ਵਿੱਚ ਮੰਨਾ ਖਾਦਾ ਅਤੇ ਉਹ ਮਰ ਗਏ ਇਹ ਉਹ ਰੋਟੀ ਹੈ ਜੋ ਸਵਰਗ ਤੋਂ ਉਤਰਦੀ ਹੈ ਕਿ ਮਨੁੱਖ ਇਸ ਵਿੱਚੋਂ ਖਾਵੇ ਅਤੇ ਨਾ ਮਰੇ ਜਿਉਂਦੀ ਰੋਟੀ ਮੈਂ ਹਾਂ ਜੋ ਸਵਰਗ ਤੋਂ ਉਤਰੀ ਹੈ ਜੇਕਰ ਕੋਈ ਇਸ ਰੋਟੀ ਵਿੱਚੋਂ ਖਾਂਦਾ ਹੈ ਉਹ ਹਮੇਸ਼ਾ ਲਈ ਜਿਉਂਦਾ ਰਹੇਗਾ ਅਤੇ ਸੰਸਾਰ ਦੇ ਜੀਵਨ ਲਈ ਜੋ ਰੋਟੀ ਮੈਂ ਦੇਵਾਂਗਾ ਉਹ ਮੇਰਾ ਮਾਸ ਹੈ اے ਪ੍ਰਭੂ ਦੀ ਪਵਿੱਤਰ ਅੰਚਿਲ ਹੈ ਤੇਰੀ ਮਹਿਮਾ ਹੋਵੇ ਐਮਸੀਹਾ ਪਰਵੋ ਯਿਸੂਮ ਸਿਸ ਵਿੱਚ ਪਿਆਰੇ ਭਰਾਤ ਭੈਣੋ ਜੀਵਨ ਦੀ ਰੋਟੀ ਬਾਰੇ ਅੱਜ ਗੱਲ ਕੀਤੀ ਜਾ ਰਹੀ ਹੈ ਅਤੇ ਸਾਡੇ ਵਿੱਚ ਕੋਈ ਵੀ ਇਨਸਾਨ ਇਹ ਨਹੀਂ ਚਾਹੁੰਦਾ ਕਿ ਮੈਂ ਮਰ ਜਾਵਾਂ ਚਾਹੇ ਸਾਡੇ ਤੇ ਬਿਮਾਰੀ ਹੋਵੇ ਚਾਹੇ ਅਸੀਂ ਦੁੱਖ ਵਿੱਚ ਹੋਈਏ ਤਕਲੀਫ ਵਿੱਚ ਹੋਈਏ ਕੋਈ ਵੀ ਇਨਸਾਨ ਖੁਸ਼ੀ ਨਾਲ ਮਰਨ ਲਈ ਤਿਆਰ ਨਹੀਂ ਹੁੰਦਾ ਅੱਜ ਪ੍ਰਭੂ ਯਿਸੂਮ ਸਿਸ ਸਾਨੂੰ ਇੱਕ ਜਹੀ ਸਿੱਖਿਆ ਦੇ ਰਿਹਾ ਹੈ ਕਿ ਜਿਸ ਨਾਲ ਅਸੀਂ ਕਦੇ ਵੀ ਨਹੀਂ ਮਰਾਂਗੇ ਅਤੇ ਬਹੁਤ ਲੋਕ ਹਮੇਸ਼ਾ ਲਈ ਇਸ ਤਰਤੀਬ ਤੇ ਜਿਉਂਦਾ ਰਹਿਣਾ ਚਾਹੁੰਦੇ ਨੇ ਮਰਨਾ ਨਹੀਂ ਚਾਹੁੰਦੇ ਪਰ ਪ੍ਰਭੂ ਯਿਸੂਮਸੀ ਸਾਨੂੰ ਸਿਰਫ ਇੱਕ ਧਰਤੀ ਉੱਤੇ ਹੀ ਨਹੀਂ ਅਨੰਤ ਜੀਵਨ ਤੱਕ ਜਿਉਂਦੇ ਰੱਖਣ ਲਈ ਅੱਜ ਸਾਡੇ ਲਈ ਇੱਕ ਬਹੁਤ ਵੱਡਾ ਵਰਦਾਨ ਦੇ ਰਿਹਾ ਹੈ ਮੈਂ ਸਵਰਗ ਤੋਂ ਉਤਰੀ ਰੋਟੀ ਹਾਂ ਜੋ ਮੈਂ ਨੂੰ ਖਾਂਦਾ ਹੈ ਉਹ ਕਦੇ ਨਹੀਂ ਮਰਦਾ ਹਤੇ ਜੋ ਰੋਟੀ ਮੈਂ ਦਿੰਦਾ ਹਾਂ ਉਹ ਮੇਰਾ ਮਾਸ ਹੈ ਸਾਨੂੰ ਬਹੁਤ ਵੱਡੀ ਵਿਆਖਿਆ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹਰ ਰੋਜ਼ ਜੋ ਅਸੀਂ ਕੁਰਬਾਨੀ ਪਾਕ ਮਾਸ ਦੀ ਕੁਰਬਾਨੀ ਚੜਾਉਂਦੇ ਹਾਂ ਉਸ ਕੁਰਬਾਨੀ ਦੇ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਦਾ మాਸ ਖਾਂਦੇ ਹਾਂ ਅਤੇ ਲਹੂ ਪੀਂਦੇ ਹਾਂ ਕਹਨ ਤੋਂ ਭਾਵ ਕਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਆਪਣਾ ਜੀਵਨ ਦੇ ਦਿੱਤਾ ਅਤੇ ਇਸ ਵਿੱਚ ਬਾਪ ਦੀ ਵੀ ਮਰਜ਼ੀ ਹੈ ਜਿਸ ਤਰ੍ਹਾਂ ਕਿ ਅੱਜ ਦੀ انجیل ਦੇ ਸ਼ੁਰੂ ਵਿੱਚ ਸਾਨੂੰ ਸੁਣਨ ਲਈ ਮਿਲਦਾ ਹੈ ਕਿ ਇਹ ਬਾਪ ਦੀ ਮਰਜ਼ੀ ਹੈ ਕਿ ਲੋਕ ਮੇਰੇ ਨਾਲ ਚੜ੍ਹਨ ਅਤੇ ਹਰ ਕੋਈ ਜਿਸ ਨੇ ਬਾਪ ਤੋਂ ਸੁਣਿਆ ਤੇ ਸਿੱਖਿਆ ਹੈ ਉਹ ਮੇਰੇ ਕੋਲ ਆਉਂਦਾ ਹੈ ਇਹ ਖੁਦਾ ਬਾਪ ਦੀ ਮਰਜ਼ੀ ਹੈ ਕਿ ਹਰ ਇੱਕ انسان ਪ੍ਰਭੂ ਵੱਲ ਖਿੱਚਿਆ ਜਾਵੇ ਕਿਉਂਕਿ ਪ੍ਰਭੂ ਯਿਸੂ ਮਸੀਹ ਵਿੱਚ ਹੀ ਮੁਕਤੀ ਹੈ ਅਸੀਂ ਇੰਨਾ ਦਿਨਾਂ ਦੇ ਵਿੱਚ ਹਰ ਰੋਜ਼ ਕੁਰਪਾਕਮਾਸਤੀ ਕੁਰਬਾਨੀ ਵਿੱਚ ਪ੍ਰਭੂ ਯਿਸੂ ਮਸੀਹ ਦੇ ਇੱਕ ਅਨੰਤ ਜੀਵਨ ਦੀ ਰੋਟੀ ਹੋਣ ਦੇ ਬਾਰੇ ਸੁਣਦੇ ਆ ਰਹੇ ਹਾਂ ਤਾਂ ਅੱਜ ਫੇਰ ਪ੍ਰਭੂ ਯਿਸੂ ਮਸੀਹ ਸਾਨੂੰ ਉਸ ਰੋਟੀ ਦੇ ਬਾਰੇ ਦੱਸਦਾ ਹੈ ਜੋ ਅਨੰਤ ਜੀਵਨ ਦਿੰਦੀ ਹੈ ਅਤੇ ਅਨੰਤ ਜੀਵਨ ਹਾਸਲ ਕਰਨ ਲਈ ਅਸੀਂ ਸਾਰੇ ਹੀ ਉਤਾਵਲੇ ਹਾਂ ਹਮੇਸ਼ਾ ਜਿਉਂਦੇ ਰਹਿਣ ਲਈ ਅਸੀਂ ਸਾਰੇ ਹੀ ਭੁੱਖੇ ਹਾਂ ਤਾਂ ਕਿ ਅਸੀਂ ਉਸ ਭੁੱਖ ਨੂੰ ਮਿਟਾ ਕੇ ਹਮੇਸ਼ਾ ਲਈ ਜੀਵਨ ਪ੍ਰਾਪਤ ਕਰ ਸਕੀਏ ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਅੱਜ ਦੀ انجਿਲ ਦੀ ਪਾਠ ਵਿੱਚ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਜਿਉਂਦੀ ਰੋਟੀ ਮੈਂ ਹਾਂ ਜੋ ਸਵਰਗ ਤੋਂ ਉਤਰੀ ਹੈ ਜੇਕਰ ਕੋਈ ਇਸ ਰੋਟੀ ਵਿੱਚੋਂ ਖਾਂਦਾ ਹੈ ਉਹ ਹਮੇਸ਼ਾ ਲਈ ਜਿਉਂਦਾ ਰਹੇਗਾ ਅਤੇ ਸੰਸਾਰ ਦੇ ਜੀਵਨ ਲਈ ਜੋ ਰੋਟੀ ਮੈਂ ਦਿੰਦਾ ਉਹ ਮਾਸ ਹੈ ਪੱਕ ਸ਼ਰਾਕਤ ਹੁਣ ਅਸੀਂ ਇਸ ਰੋਟੀ ਨੂੰ ਸਵੀਕਾਰ ਕਰਕੇ ਜਿਉਂਦੇ ਰਹਿ ਸਕਦੇ ਹਾਂ ਇਹ ਸਾਨੂੰ ਬਾਈਬਲ ਦੱਸਦੀ ਹੈ ਇਹਦਾ ਮਤਲਬ ਅਸੀਂ ਹਰ ਰੋਜ਼ ਜੋ ਪੱਕ ਸ਼ਰਾਕਤ ਸਵੀਕਾਰ ਕਰਦੇ ਹਾਂ ਪੱਕ ਮਾਸ ਦੀ ਕੁਰਬਾਨੀ ਦੇ ਵਿੱਚ ਸਾਡੇ ਲਈ ਇੱਕ ਅਨੰਤ ਜੀਵਨ ਦਾ ਵਾਅਦਾ ਹੈ ਪਰ ਆਮ ਤੌਰ ਤੇ ਬਿਨਾਂ ਸੋਚੇ ਸਮਝੇ ਬਿਨਾਂ ਆਪਣੇ ਆਪ ਦੀ ਤਿਆਰੀ ਕੀਤੇ ਇਸ ਰੋਟੀ ਨੂੰ ਖਾ ਲੈਣਾ ਇੱਕ ਗੁਨਾਹ ਵੀ ਹੈ ਸਾਡੇ ਲਈ ਇੱਕ ਸਰਾਫ ਵੀ ਬਣ ਜਾਂਦਾ ਹੈ ਖੁਦਾ ਦੀ ਸਜ਼ਾ ਦਾ ਵੀ ਇੱਕ ਉਜੜਿਆ ਬਣ ਸਕਦਾ ਹੈ ਜੇ ਅਸੀਂ ਇਸ ਰੋਟੀ ਨੂੰ ਗਲਤ ਤਰੀਕੇ ਨਾਲ ਸਵੀਕਾਰ ਕਰਦੇ ਹਾਂ ਤੇ ਇਸ ਲਈ ਜੇ ਸੱਚਮੁੱਚ ਪ੍ਰਭੂ ਯਿਸੂ ਮਸੀਹ ਸਾਨੂੰ ਸਾਡੇ ਇਸ ਟੇਬਲ ਉੱਤੇ ਲਿਆ ਕੇ ਸਾਡੇ ਲਈ ਅਨੰਤ ਜੀਵਨ ਰੱਖ ਦਿੰਦਾ ਹੈ ਤਾਂ ਸਾਨੂੰ ਇਸ ਅਨੰਤ ਜੀਵਨ ਨੂੰ ਹਾਸਲ ਕਰਨ ਦੇ ਲਈ ਬਹੁਤ ਸਾਰੀ ਮਿਹਨਤ ਕਰਨ ਦੀ ਲੋੜ ਹੈ ਸਿਰਫ ਰੋਟੀ ਨੂੰ ਖਾ ਲਿਆ ਜਾਂ ਪ੍ਰਭੂ ਯਿਸੂ ਮਸੀਹ ਦੇ ਮਾਸ ਅਤੇ ਲਹੂ ਵਿੱਚੋਂ ਹਿੱਸਾ ਲੈ ਲਿਆ ਸਾਨੂੰ ਅਨੰਤ ਜੀਵਨ ਤੱਕ ਨਹੀਂ ਲੈ ਕੇ ਜਾਂਦਾ ਪਰ ਉਹਦੇ ਲਈ ਸਾਨੂੰ ਪੂਰੀ ਤਿਆਰੀ ਕਰਨੀ ਪੈਂਦੀ ਹੈ ਉਸ ਲਈ ਆਪਣੇ ਆਪ ਨੂੰ ਪਹਿਲਾਂ ਯੋਗ ਬਣਾਉਣਾ ਪੈਂਦਾ ਉਸ ਲਈ ਮਾਫੀ ਮੰਗਣੀ ਪੈਂਦੀ ਹੈ ਉਸ ਲਈ ਦੁੱਖ ਵੀ ਕਈ ਵਾਰੀ ਚੱਲਨੇ ਪੈਂਦੇ ਆ ਈਮਾਨ ਵਿੱਚ ਰਹਿ ਕੇ ਕਈ ਵਾਰੀ ਅਥਿਆਚਾਰ ਵੀ ਸਹਨੇ ਪੈਂਦੇ ਆ ਜਿਸ ਤਰ੍ਹਾਂ ਕਿ ਸੰਤ ਫਰਾਂਸਿਸ ਪਾਪਸ ਸੰਤ ਫਰਾਂਸਿਸ ਨੇ kiya ਕਿ ਇਸ ਜ਼ਿੰਦਗੀ ਵਿੱਚ ਕਈ ਵਾਰੀ ਅਸੀਂ ਜਦੋਂ ਦਇਆ ਕਰਦੇ ਹਾਂ ਜਦੋਂ ਅਸੀਂ ਭਲਾਈ ਕਰਦੇ ਹਾਂ ਜਦੋਂ ਅਸੀਂ ਦੁੱਖ ਚੱਲਦੇ ਹਾਂ ਜਦੋਂ ਅਸੀਂ ਵਿਸ਼ਵਾਸ ਤੇ ਕਾਰਨ ਬੇਚਿਤ ਕੀਤੇ ਜਾਂਦੇ ਹਾਂ ਇਹ ਸਾਰਾ ਕੁਝ ਸਾਡੇ ਉੱਤੇ ਅਤਿਆਚਾਰ ਹੈ ਪਰ ਇਸ ਅਤਿਆਚਾਰ ਦਾ ਜੋ ਨਤੀਜਾ ਹੈ ਹਮੇਸ਼ਾ ਦੀ ਖੁਸ਼ੀ ਹੈ ਹਮੇਸ਼ਾ ਦਾ ਆਨੰਦ ਹੈ ਪ੍ਰਭੂ ਯਿਸੂਮਸੀਹ ਵਿੱਚ ਹਮੇਸ਼ਾ ਦੇ ਰਹਿਣ ਦੀ ਲਈ ਇੱਕ ਸਾਡੇ ਲਈ ਇਜ਼ਾਜ਼ਤ ਹੈ ਇਸ ਲਈ ਇਸ ਰੋਟੀ ਨੂੰ ਸਹੀ ਤਰੀਕੇ ਨਾਲ ਸਵੀਕਾਰ ਕਰਨ ਲਈ ਸਾਨੂੰ ਕੁਰਬਾਨੀ ਕਰਨ ਦੀ ਜ਼ਰੂਰਤ ਹੈ ਕੁਰਬਾਨੀ ਇਹ ਹੀ ਹੈ ਕਿਸੀ ਆਪਣੀਆਂ ਇੱਛਾਵਾਂ ਤੇ ਕਾਬੂ ਪਾਈਏ ਲਾਲਚ ਨੂੰ ਛੱਡਣ ਦੀ ਕੋਸ਼ਿਸ਼ ਕਰੀਏ ਝੂਠ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰੀਏ ਆਪਣੇ ਜੀਵਨ ਨੂੰ ਪ੍ਰਭੂ ਦੀ ਮਰਜ਼ੀ ਦੇ ਅਨਸਾਰ ਚਲਾਉਣ ਦੀ ਕੋਸ਼ਿਸ਼ ਕਰੀਏ ਇਹ ਸਾਰੀਆਂ ਚੀਜ਼ਾਂ ਕਰਨ ਦੇ ਬਾਅਦ ਹੀ ਅਸੀਂ ਪ੍ਰਭੂ ਯਿਸੂ ਮਸੀਹ ਦੇ ਮਾਸ ਤੇ ਲਹੂ ਨੂੰ ਖਾਂਦੇ ਅਤੇ ਪੀਂਦੇ ਹੋਏ ਅਨੰਤ ਜੀਵਨ ਹਾਸਿਲ ਕਰ ਸਕਦੇ ਹਾਂ ਅਸੀਂ ਦੇਖਿਆ ਕਿ ਬਹੁਤ ਸਾਰੇ ਸੰਤ ਲੋਕ ਸਾਡੇ ਤੋਂ ਪਹਿਲਾਂ ਆਏ ਸੰਤ ਸਟੀਫਨ ਬਾਰੇ ਆਪਾਂ ਤੋਂ ਦਿਨ ਪਹਿਲੇ ਸੁਣਿਆ ਸੀ ਉਹਨਾਂ ਨੇ ਉਹਨਾਂ ਦਾ ਕਿਦਾਂ ਉਹਨਾਂ ਤੇ ਅਤਿਆਚਾਰ ਕੀਤਾ ਗਿਆ ਪਰ ਉਸ ਨੇ ਆਪਣੇ ਵਿਸ਼ਵਾਸ ਨੂੰ ਨਹੀਂ ਛੱਡਿਆ ਕੁਰਬਾਨੀ ਦਿੱਤੀ ਉਸ ਨੇ ਅਨੰਤ ਜੀਵਨ ਪਾਲਿਆ ਇਸ ਲਈ ਅਨੰਤ ਜੀਵਨ ਪਾਉਣ ਦੇ ਲਈ ਸਿਰਫ ਗੱਲਾਂ ਨਹੀਂ ਸਾਨੂੰ ਕੁਰਬਾਨੀਆਂ ਕਰਨ ਦੀ ਲੋੜ ਹੈ ਹਮੇਸ਼ਾ ਸਾਨੂੰ ਸਹੀ ਸ਼ਹੀਦ ਹੋਣ ਦੀ ਜ਼ਰੂਰਤ ਨਹੀਂ ਪਰ ਹਰ ਰੋਜ਼ ਆਪਣੀਆਂ ਇਛਾਵਾਂ ਨੂੰ ਮਾਰਨਾ ਹੀ ਇੱਕ ਸ਼ਹੀਦੀ ਹੈ। ਹਰ ਰੋਜ਼ ਜਦੋਂ ਅਸੀਂ ਆਪਣੇ ਆਪ ਤੋਂ ਤਿਆਗ ਕਰਦੇ ਹਾਂ। ਜਦੋਂ ਅਸੀਂ ਆਪਣੇ ਆਪ ਦੀਆਂ ਇਛਾਵਾਂ ਨੂੰ ਤਿਆਗਦੇ ਹਾਂ। ਆਪਣੇ ਮਨ ਦੀ ਮਰਜ਼ੀ ਨੂੰ ਮਾਰਦੇ ਹਾਂ। ਅਤੇ ਖੁਦਾ ਦੀ ਮਰਜ਼ੀ ਨੂੰ ਪੂਰਿਆ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਹਰ ਰੋਜ਼ ਆਪਣੇ ਆਪ ਸ਼ਹੀਦ ਹੁੰਦੇ ਹਾਂ। ਅਤੇ ਇਹ ਹੀ ਸਾਡੀ ਕੁਰਬਾਨੀ ਹੈ। ਇਹ ਹੀ ਸਾਡੀ ਪ੍ਰਭੂ ਦੇ अनंत जीवन दे रोटी ਲਈ ਤਿਆਰੀ ਹੈ। ਇਹੀ ਸਾਡੇ ایمان ਦੀ ਗਵਾਹੀ ਹੈ ਅਤੇ ਇਹੀ ایمان ਹੈ ਜੋ ਸਾਨੂੰ অনন্ত ਜੀਵਨ ਤੱਕ ਲੈ ਕੇ ਜਾਂਦਾ ਹੈ। ਇਸ ਲਈ ਆਓ ਅਸੀਂ ਪਵਿੱਤਰ ਆਤਮਾ ਦੀ ਮਦਦ ਮੰਗਣ ਦੀ ਕੋਸ਼ਿਸ਼ ਕਰੀਏ। ਕਿਉਂਕਿ ਅਸੀਂ ਸਾਰੇ ਕਮਜ਼ੋਰ ਹਾਂ। ਅਸੀਂ ਗੁਨਾਹ ਵਿੱਚ ਬਾਰ-ਬਾਰ ਡਿੱਗ ਜਾਂਦੇ ਹਾਂ। ਅਸੀਂ ਨਾ ਚਾਹੁੰਦੇ ਹੋਏ ਵੀ ਗੁਨਾਹ ਕਰਦੇ ਹਾਂ। ਇਸ ਲਈ ਪ੍ਰਭੂ ਦੀ ਮਾਫੀ ਦੀ ਜ਼ਰੂਰਤ ਹੈ ਅਤੇ ਪ੍ਰਭੂ ਦੀ ਆਤਮਾ ਦੀ ਸਾਨੂੰ ਜ਼ਰੂਰਤ ਹੈ ਤਾਂ ਕਿ ਸਾਡੀ ਸਹੀ ਰਸਤੇ ਤੇ ਅਗਵਾਈ ਕਰ ਸਕੇ ਉਸ ਅਨੰਤ ਜੀਵਨ ਵਾਲ ਸਾਡੀ ਅਗਵਾਈ ਕਰ ਸਕੇ ਪ੍ਰਭੂ ਯਿਸੂ ਮਸੀਹ ਹੀ ਅਨੰਤ ਜੀਵਨ ਹੈ ਕਿਉਂ ਕਿ ਕਿਉਂਕਿ ਪ੍ਰਭੂ ਯਿਸੂ ਮਸੀਹ ਨੂੰ ਜਿਸ ਜਦੋਂ ਖਾਂਦੇ ਪੀਂਦੇ ਹਾਂ ਸਾਡੇ ਲਈ ਅਨੰਤ ਜੀਵਨ ਦਾ ਵਾਅਦਾ ਬਣ ਜਾਂਦਾ ਹੈ ਕਿਉਂਕਿ ਪ੍ਰਭੂ ਯਿਸੂ ਮਸੀਹ ਖੁਦ ਅਨੰਤ ਜੀਵਨ ਹੈ ਅਤੇ ਉਸ ਪਾਕ ਮਾਸਤੇ ਕੁਰਬਾਨੀ ਦੇ ਵਿੱਚ ਇਸ ਰੋਟੀ ਦੇ ਦੁਆਰਾ ਉਸ ਅਨੰਤ ਜੀਵਨ ਵਿੱਚੋਂ ਸਾਨੂੰ ਹਿੱਸੇਦਾਰ ਬਣਾਉਂਦਾ ਹੈ। ਤਾਂ ਆਓ ਉਸ ਪ੍ਰਭੂ ਨੇ ਜਿਸ ਨੇ ਸਾਡੇ ਲਈ ਪਿਆਰ ਦਿਖਾਇਆ ਜੋ ਇੱਕ ਮੇਮਨੇ ਦੇ ਵਾਂਗ ਲਿਚਾਇਆ ਗਿਆ ਅਤੇ ਜਿਸ ਨੇ ਇੱਕ ਪੇੜ ਵਾਂਗ ਆਪਣਾ ਮੂੰਹ ਬੰਦ ਰੱਖਿਆ ਅਤੇ ਸਾਡੇ ਲਈ ਆਪਣਾ ਖੂਨ ਵਹਾ ਕੇ ਸਾਨੂੰ ਅਨੰਤ ਜੀਵਨ ਦਿੱਤਾ ਹੈ। ਅਤੇ ਹਰ ਰੋਜ ਉਹ ਸਾਨੂੰ ਉਸ ਅਨੰਤ ਜੀਵਨ ਵਿੱਚ ਹਿੱਸੇਦਾਰ ਬਣਾਉਂਦਾ ਹੈ ਇਸ ਪਾਕ ਮਾਸਤੀ ਕੁਰਬਾਨੀ ਵਿੱਚ ਇਸ ਲਈ ਆਓ ਅਸੀਂ ਇਸ ਪਾਕ ਮਾਸਤੀ ਕੁਰਬਾਨੀ ਨੂੰ ਪਿਆਰ ਕਰਨਾ ਸਿੱਖੀਏ ਇਸ ਵਿੱਚ ਪ੍ਰਭੂ ਯਿਸੂ ਨੂੰ ਮਿਲਣ ਦੀ ਤਾਂਗ ਰੱਖੀਏ ਅਤੇ ਇਸ ਦੇ ਲਈ ਸਹੀ ਤਰੀਕੇ ਨਾਲ ਤਿਆਰੀ ਕਰਕੇ ਆਈਏ ਤਾਂ ਕਿ ਸੱਚਮੁੱਚ ਅਸੀਂ ਪ੍ਰਭੂ ਦੇ ਉਸ ਆਨੰਦ ਨੂੰ ਉਸ ਪਿਆਰ ਨੂੰ ਉਸ ਸ਼ਾਂਤੀ ਨੂੰ ਜੋ ਸਾਨੂੰ ਉਹ ਦੇਣ ਲਈ ਆਇਆ ਹੈ ਅਸੀਂ ਇਸ پاک ਮਾਸਤੇ ਦੁਆਰਾ ਇਸ ਰੋਟੀ ਨੂੰ ਗ੍ਰਹਿਣ ਕਰਨ ਦੇ ਦੁਆਰਾ ਆਪਣੀਆਂ ਜ਼ਿੰਦਗੀਆਂ ਵਿੱਚ ਮਹਿਸੂਸ ਕਰੀਏ ਆਓ ਇਸ پاک ਮਾਸਤੀ ਕੁਰਬਾਨੀ ਵਿੱਚ ਆਪਣੀਆਂ ਹੋਰ ਵੀ ਪ੍ਰਾਰਥਨਾਵਾਂ ਜਾਰੀ ਰੱਖੀਏ ਜੋ ਅਸੀਂ ਕਰੋਨਾ ਪੀੜਤਾਂ ਦੇ ਲੋਕਾਂ ਲਈ ਕਰਦੇ ਆ ਰਹੇ ਹਾਂ ਕਿ ਪ੍ਰਭੂ ਯਿਸੂ ਮਸੀਹ ਜੋ ਸਾਰਿਆਂ ਦੇ ਲਈ ਮੁਕਤੀ ਦਾ ਇੱਕ ਵਸੀਲਾ ਬਣਿਆ ਹੈ ਉਹ ਇਸ ਬਿਮਾਰੀ ਨੂੰ ਇਸ ਮਹਾਮਾਰੀ ਨੂੰ ਖਤਮ ਕਰੇ ਅਤੇ ਸੰਸਾਰ ਪਰ ਵਿੱਚ ਫਿਰ ਤੋਂ ਪਾਇਚਾਰਾ ਪਿਆਰ ਅਤੇ ਸ਼ਾਂਤੀ ਵੱਧ ਜਾਵੇ ਆਮੀਨ अंगूर दाक फलों की चढ़ाते प्यार की निशानी दे प्रभु प्यार तेरा रोटी में एक दाका दैनिक भोजन में प्रभु स्वीकार स्वीकार है पिता मेहनत और प्रेम का ये फल सुंदर पृथ्वी का ये फल चरणों में लाए हे प्रभु स्वीकार कर दान हमारा जीवन का तू सहारा देह में प्यार तेरा स्वीकारो हे पीता स्वीकार है पिता स्वीकारो है पिता हमारी बहन पिता पावन कर है पिता कल स्वीकार ਪ੍ਰਾਪਤ ਪੈਨੂ ਪ੍ਰਾਰਥਨਾ ਕਰੋ ਕਿ ਪੂਰੀ ਕੁਦਰਤ ਵਾਲਾ ਖੁਦਾ ਸਡਾ ਬਾਪ ਤੁਹਾਡੀ ਅਤੇ ਮੇਰੀ ਇਸ ਕੁਰਬਾਨੀ ਨੂੰ ਪ੍ਰਵਾਨ ਕਰੇ ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤਿ ਵਧਾਈ ਲਈ ਸਾਡੇ ਤੇ ਸਾਰੇ ਪਾਕਲੀਸਿਆ ਦੇ ਭਲੇ ਲਈ ਕਬੂਲ ਕਰੇ اے ਖੁਦਾ ਇਸ ਕੁਰਬਾਨੀ ਦੇ ਅਸਚਰਚ ਪੇਦਾਂ ਦੇ ਰਾਹੀ ਤੁਸਾਨੂੰ ਆਪਣੇ ਖੁਦਾਈ ਸੁਭਾਅ ਵਿੱਚ ਹਿੱਸੇਦਾਰ ਬਣਾ ਬਖਸ਼ ਦੇ ਕੇ ਅਸੀਂ ਜੋ ਤੇਰੀ ਸਚਾਈ ਨੂੰ ਜਾਣ ਚੁੱਕੇ ਹਾਂ ਲਾਇਕ ਜੀਵਨ ਗੁਜ਼ਾਰਨ ਦੇ ਰਾਹੀਂ ਉਸ ਸਚਾਈ ਨੂੰ ਆਪਣਾ ਬਣਾ ਸਕੀਏ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੇਨ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਰੂਹ ਨਾਲ ਵੀ ਹੋਵੇ ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ ਇਹ ਸਹੀ ਅਤਿ ਯੋਗ ਹੈ ਐ ਪ੍ਰਭੂ ਪਵਿੱਤਰ ਬਾਪ ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ ਇਹ ਸੱਚ ਮੁੱਚ ਸਹੀ ਅਤੇ ਯੋਗ ਹੈ ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਇਸ ਸਮਸੀ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ ਪਾਸਕਾ ਦੇ ਇਸ ਸਮੇਂ ਅਸੀਂ ਹਮੇਸ਼ਾ ਨਾਲੋਂ ਵਧੇਰੇ ਖੁਸ਼ੀ ਨਾਲ ਤੇਰੀ ਵਡਿਆਈ ਕਰਦੇ ਹਾਂ ਜਦੋਂ ਮਸੀਹ ਸਾਡੇ ਲਈ ਪਾਸਕਾ ਕੁਰਬਾਨ ਹੋਇਆ ਨਵੇਂ ਤੁਸੀਂ ਦੀ ਵੀ ਜੀਵਨ ਵਾਲ ਜੀ ਉੱਠਦੇ ਹੋਏ ਸਾਨੂੰ ਉਸ ਨੇ ਚਾਨਨ ਦੇ ਧੀਆਂ ਪੁੱਤਰ ਬਣਾ ਦਿੱਤਾ ਹੈ ਆਪਣੇ ਵਫਾਦਾਰ ਇਮਾਨਦਾਰਾਂ ਨੂੰ ਕਬੂਲ ਕਰਨ ਲਈ ਉਸ ਨੇ ਸਵਰਗ ਦੇ ਬੂਹੇ ਖੋਲ ਦਿੱਤੇ ਹਨ ਉਸ ਦੀ ਮੌਤ ਸਾਡੇ ਲਈ ਮੌਤ ਤੋਂ ਰਿਹਾਈ ਦੀ ਕੀਮਤ ਹੈ ਅਤੇ ਉਸ ਦਾ ਜੀ ਉੱਠਣਾ ਸਾਡੇ ਜੀਵਨ ਲਈ ਮੂੜ ਬਹਾਲੀ ਹੈ ਇਸ ਲਈ ਉਸ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਜਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ ਸਵਰਗ ਤੇਰਤੀ ਤੇਰੇ ਜਲਾਲ ਨਾਲ ਭਰਪੂਰ ਹਨ ਉਚਾਈਆਂ ਵਿੱਚ ਹੋਸਾਨਾ ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਤੇ ਆਉਂਦਾ ਹੈ ਉਚਾਈਆਂ ਵਿੱਚ ਹੋਸਾਨਾ हे प्रभु तू सचमुच पवित्र है। यह सही है कि तेरी सारी सृष्टि तेरी वढाई करे। तेरे बेटे साडे प्रभु यीशु मसीह दे रहे हैं। औरते रूपाक्ति कुदरत नाल तू सारे संसार नु जीवन बख्शदा और पाक करदा है। तू लगातार अपने लिए परजय इकट्ठी करदा रहंदा है। तां जो चढ़दे सूरज तो लेके लंदे तक ਇਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਦੇ ਲਈ ਚੜਾਈ ਜਾਵੇ। ਇਸ ਲਈ اے ਪ੍ਰਭੂ ਅਸੀਂ ਹਲੀਮੀ ਨਾਲ ਤੇਰੇ ਅੱਗੇ ਮਿੰਨਤ ਕਰਦੇ ਹਾਂ ਕਿ ਆਪਣੀ ਮਿਹਰ ਨਾਲ ਉਹ ਹੀ ਰੂਪਾਕ ਦੇ ਰਾਹੀ ਇਹਨਾਂ ਨਛਰਾਂ ਨੇ ਨੂੰ ਪਵਿੱਤਰ ਕਰ ਜੋ ਸਿ ਤੇਰੀ پاک ਹਜ਼ੂਰੀ ਵਿੱਚ ਲੈ ਕੇ ਆਏ ਹਨ ਤਾਂ ਜੋ ਸਾਡੇ ਲਈ ਤੇਰੇ بیٹے ਸਾਡੇ ਪ੍ਰਭੂ ਯਿਸੂ ਮਸੀਹ ਦਾ ਬदन ਅਤੇ ਲਹੂ ਬੰਚਾਵੇ। ਜਿਸ ਦੇ ਹੁਕਮ ਨਾਲ ਅਸੀਂ ਇਹ ਨਾਫੇਦਾਂ ਨੂੰ ਮਨਾਉਂਦੇ ਹਾਂ ਜਿਸ ਰਾਤ ਉਸ ਦਾ ਵਿਸ਼ਵਾਸ ਕਾਤ ਕੀਤਾ ਗਿਆ ਉਸ ਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ ਰੋਟੀ ਤੋੜੀ ਅਤੇ ਆਪਣੀ ਛੇ ਲਿਆ ਨੂੰ ਦਿੱਤੀ ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ ਤੇਰਾ ਧੰਨਵਾਦ ਕਰਦੇ ਹਾਂ ਬਰਕਤ ਦਿੱਤੀ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ ਕਿਉਂਕਿ ਇਹ ਮੇਰੇ ਲਹੂ ਦਾ ਪਿਆਲਾ ਹੈ ਨਵੇਂ ਤਸਦੀ ਵੀ ਨੇਮ ਦਾ ਲਹੂ ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ ਮੇਰੀ ਯਾਦ ਵਿੱਚ ਇਹ ਕਰਿਆ ਕਰੋ ਇਮੰਦਪੇਤ ਐ ਪ੍ਰਭੂ ਅਸੀਂ ਤੇਰੀ ਮੋਦੈ ਲਾਨ ਕਰਦੇ ਹਾਂ ਅਤੇ ਤੇਰੇ ਜੀਵ ਠੰਡੀ ਮਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ ਇਸ ਲਈ ਐ ਪ੍ਰਭੂ ਅਸੀਂ ਤੇਰੇ بیٹے ਦੇ ਮੁਕਤੀਕਾਰੀ ਦੁਖ ਭੋਗ ਉਸ ਤੇ ਜਲਾਲੀ ਚੀ ਉਠਨ ਅਤੇ ਸਵਰਗ ਵਿੱਚ ਚੜ ਜਾਣ ਦੀ ਯਾਦਗਾਰੀ ਮਨਾਉਂਦੇ ਹੋਏ ਅਤੇ ਉਸ ਦੇ ਦੁਜਵਾਰ ਆਉਣ ਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦੇ ਹਾਂ ਇਹ ਜਿਉਂਦੀ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜਾਉਂਦੇ ਹਾਂ ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੀ ਕਲੀਸਿਆ ਦੇ ਚੜਾਵੇ ਤੇ ਨਜ਼ਰ ਕਰ ਅਤੇ ਇਸ ਕੁਰਬਾਨ ਹੋਏ ਲੇਲੇ ਨੂੰ ਪਛਾਨ ਜਿਸ ਤੇ ਕੁਰਬਾਨੀ ਤੋਂ ਰਾਜੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਵਾਇਆ ਹੈ ਬਖਸ਼ ਦੇ ਕੇ ਅਸੀਂ ਤੇਰੇ ਬੇਟੇ ਦੇ ਬਦਨ ਤੇ ਲਹੂ ਨਾਲ ਰਚਾਏ ਹੋਏ ਅਤੇ ਉਸ ਤੇ ਰੂਪਾਕ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਸਰੀਰ ਅਤੇ ਇੱਕ ਰੂਹ ਬਣ ਚਾਏ ਉਸਾਨੋ ਤੇਰੇ ਲਈ ਸੁਦੀ ਵੀ ਨਜ਼ਰਾਂ ਨਾ ਬਣਾਵੇ ਤਾਂ ਜੋ ਤੇਰੇ ਚੁਣਿਆ ਹੋਇਆਂ ਦੇ ਨਾਲ ਖਾਸ ਕਰਕੇ ਤਨ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ ਉਸ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ ਤੇਰੇ ਤਾਂ ਨਰਸੂਲਾਂ ਤੇ ਤੇਜ ਸ਼ਵੀ ਸ਼ਹੀਦਾਂ ਦੇ ਨਾਲ ਤੇਰੇ ਸਾਰੇ ਸੰਤਾਂ ਨਾਲ ਉਹਨਾਂ ਦੇ ਵਿਰਸੇ ਦੇ ਵਾਰਿਸ ਬਣ ਜਾਏ ਇਹਨਾਂ ਵੱਲੋਂ ਤੇਰੀ ਹਜ਼ੂਰੀ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸ਼ਫਾਰਿਸ਼ ਦੀ ਜਕੀਨੀ ਮਦਦ ਉੱਤੇ ਅਸੀਂ ਪਰੋਸ ਸ ਰੱਖਦੇ ਹਾਂ ਐ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਮੂੜ ਮਲਾਪ ਦੀ ਇੱਕ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਤੇ ਮੁਕਤੀ ਦੇ ਲਈ ਅਸਰਦਾਇਕ ਹੋਵੇ ਤੂੰ ਕਿਰਪਾ ਕਰਕੇ ਇਸ ਧਰਤੀ ਤੇ ਫੈਲੇ ਹੋਏ ਆਪਣੀ ਯਾਤਰੀ ਕਲੀਸਿਆ ਨੂੰ ਆਪਣੇ ਸੇਵਕ ਸੰਤ ਪਾਪਾ ਫਰਾਂਸਿਸ ਨੂੰ ਸਾਡੇ ਬਿਸ਼ਪ ਸਹਿਬਾਨ ਬਿਸ਼ਪ ਅਗਨੇਲੋ ਤੇ ਫ੍ਰੈਂਕੋ ਨੂੰ ਕੁੱਲ ਦੁਨੀਆ ਦੇ ਬਿਸ਼ਪਾਂ ਪ੍ਰੋਹਿਤਾ ਅਤੇ ਸਭ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਆਪਣਾ ਬਣਾ ਲਿਆ ਹੈ ਈਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ ਕਿਰਪਾ ਕਰਕੇ ਉਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ ਜਿਸ ਨੂੰ ਤੁਸੀਂ ਆਪਣੇ ਸਾਹਮਣੇ ਸਦਨ ਦੀ ਮਿਹਰ ਕੀਤੀ ਹੈ। اے ਦਿਆਲੂ ਬਾਪ ਸੰਸਾਰ ਪਰ ਵਿੱਚ ਖਿਲਰੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸਾਡੇ ਸਾਰੇ ਮੋਏ ਹੋਏ ਪੈਨਪਰਾਵਤਨਾਂ ਸਾਰਿਆਂ ਨੂੰ ਜਿਹੜੇ ਤੇਨੂੰ ਖੁਸ਼ ਕਰਦੇ ਆ ਇਸ ਸੰਸਾਰ ਵਿੱਚ ਚਲਾਣਾ ਕਰ ਗਏ ਹਨ ਮਿਹਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ ਉਸ ਤੇ ਤੇਰੀ ਵੱਡੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਹਾਲ ਰਹਿਣ ਦੀ ਉਮੀਦ ਰੱਖਦੇ ਹਾਂ ਸਾਡੇ ਪ੍ਰਭੂ ਯਿਸੂ مسیਹ ਦੇ ਰਾਹੀਂ ਜਿਸ ਤੇ ਰਾਹੀਂ ਤੂੰ ਦੁਨੀਆ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ ਉਸ ਤੇ ਰਾਹੀਂ ਅਤੇ ਉਸ ਤੇ ਨਾਲ ਅਤੇ ਉਸ ਤੇ ਵਿੱਚ اے ਖੁਦਾ ਪੂਰੀ ਕੁਦਰਤ ਵਾਲੇ ਬਾਪ रूपाक की एकता विच सब जलाल ते वड्याई तेरी ही है सदा तो सदा तीकर आमीन प्रभु यीशु मसीह ने सानू सिखाया है कि असी खुदा नू बाप कहिए और असी दिलेरी नाल आखिए ऐ साडे बाप ਜਿਵੇਂ ਅਸਮਾਨ ਤੇ ਹੈ ਤੇਰਾ ਨਾਮ پاک ਮੰਨਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ ਸਾਡੇ ਰੋਜ਼ ਦੀ ਰੋਟੀਆਂ ਅੱਜ ਸਾਨੂੰ ਦੇ ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਸੀ ਆਪਣੇ ਕਸੂਰ ਅਰਨ ਮਾਫ ਕਰਦੇ ਹਾਂ ਸਾਨੂੰ ਅਜਮਾਇਸ਼ ਵਿਚ ਨਾ ਪਾਸ ਤੁ ਗੁੰਮrai ਤੋ ਸਾਨੂੰ ਬਚਾ ਹੈ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ ਜਿਵੇਂ ਮubarok ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤਾ ਦੇ ਆਉਂਦੀ ਓਡੀ ਕਰਦੇ ਹਾਂ ਕਿਉਂ ਜੋ ਰਾਜ ਕੁਦਰਤ ਦੇ ਜਲਾਲ ਯੁਗੋਇਕ ਤੇਰਾ ਹੀ ਹੈ اے ਪ੍ਰਭੂ ਯਿਸੂ ਮਸੀਹ ਤੂੰ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ ਆਪਨੀ ਸ਼ਾਂਤੀ ਮੈ ਤੁਹਾਨੂੰ ਪ੍ਰਦਾਨ ਕਰਦਾ ਤੁਹਾਡੇ ਗੁਨਾਹਾਂ ਨੂੰ ਨਹੀਂ ਸਗ ਆਪਣੀ ਕਲਿੱਸ਼ੇ ਦੇ ਈਮਾਨ ਨੂੰ ਵੀ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਤੇ ਇਕਤਾ ਪ੍ਰਦਾਨ ਕਰ ਤੂੰ ਜੋ ਚੁੰਦਾ ਤੇ ਰਾਜ ਕਰਦਾ ਹੈ ਸਦਾ ਤੂੰ ਸਦਾਤੀ ਕਰ ਆਮੀਨ ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਅਤੇ ਤੁਹਾਡੀ ਰੂ ਨਾਲ ਵੀ ਹੋਵੇ ਔ ਸਿਆਪ ਵਿੱਚ ਸ਼ਾਂਤੀ ਦਾ ਨਿਸ਼ਾਨ ਦੇਈ ਹਲੇ ਲੇ ਖੁਦਾ ਦੇ ਜਿਹੜਾ ਦੁਨੀਆਂ ਦੇ ਗੁਨਾਹ ਚੁਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ ਹਲੇ ਲੇ ਖੁਦਾ ਦੇ ਜਿਹੜਾ ਦੁਨੀਆਂ ਦੇ ਗੁਨਾਹ ਚੁਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ ਹਲੇ ਲੇ ਖੁਦਾ ਦੇ ਜਿਹੜਾ ਦੁਨੀਆਂ ਦੇ ਗੁਨਾਹ ਚੁਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ ਵੇਖੋ ਖੁਦਾ ਦਾ ਲੇਲਾ ਇਹਨੂੰ ਵੇਖੋ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਤਨ ਉਹ ਹਾਂ ਜੋ ਇਸ ਲੇਲੇ ਦੇ ਭੋਜਨ ਲਈ ਸੁੱਧੇ ਗਏ ਹਨ ਹੈ ਪ੍ਰਭੂ ਮੈਂ ਯੋਗ ਨਹੀਂ ਹਾਂ ਕਿ ਤੁਮੇਰੇ ਸ਼ਰਧਾਲਾਵੇਂ ਪਰੇਖੀ ਸ਼ਬਦਾਂ ਤਾ ਮੇਰੀ ਦੂ ਚੰਗੀ ਹੋ ਜਾਵੇਗੀ ਪਾਕ ਸ਼ਕਤ ਲੈੰਤੋ ਪਹਿਲਾ ਦੁਆ ਐ ਮੁਬਾਰਕ ਮਰੀਮ ਤੇਰਾ ਪਿਆਰਾ ਬੇਟਾ ਰੋਟੀ ਦੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ ਸਾਡੇ ਲਈ ਦੁਆ ਕਰ ਤਾਂ ਕਿ ਅਸੀਂ ਵੀ ਤੇਰੇ ਵਾਂਗੂ ਉਸ ਨੂੰ ਮੰਨਿਏ ਅਤੇ ਪਿਆਰ ਕਰੀਏ ਐ ਸੰਦੀਸ ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿਖਾ ਆਮੀਨ यीशु तू मेरा मी यीशु तू मेरा गे कैसी है तेरी प्री जीवन का तू संगी यीशु तू मेरा मी यीशु तू मेरा गे कैसी है तेरी प्री जीवन का तू संगी देता ਤੂੰ ਮੇਰਾ ਮੇਸਿਹਾ ਜੀਸੂ ਤੂੰ ਮੇਰਾ ਗੀਤ ਕੈਸੀ ਹੈ ਤੇਰੀ ਪ੍ਰੀ ਜੀਵਨ ਦਾ ਤੂੰ ਸੰਗੀ ਪਾਕ ਸ਼ਗਤ ਲਾਂ ਤੋਂ ਪਿੱਛੋ ਦੁਆ ਸਿਸੇ ਦਾ ਅਮਲ ਐ ਇਲਾਹੀ ਯੀਸੂ ਜਿਹੜਾ ਸੱਚਮੁੱਚ ਮੇਰੇ ਦਿਲ ਵਿੱਚ ਆਇਆ ਹੈ ਮੈਂ ਸਾਰੇ ਫਰਿਸ਼ਤਿਆਂ ਅਤੇ پاک ਲੋਕਾਂ ਨਾਲ ਤੈਨੂੰ ਸਿਸਦਾ ਕਰਦੀ ਹਾਂ ਤੂੰ ਮੇਰਾ ਖਾਲਿਕ ਅਤੇ ਮਾਲਿਕ ਹੈ ਤੇਰੀ ਬਜ਼ੁਰਗੀ ਵਡਿਆਈ ਅਤੇ ਬੰਦਗੀ ਸਦਾ ਤੀਕਰ ਅਤੇ ਸਾਰੀ ਜ਼ਮੀਨ ਦੇ ਕੰਡਿਆ ਤੀਕਰ ਕੀਤੀ ਜਾਵੇ ਐ ਮਿਹਰਬਾਨ ਯੀਸੂ ਮੈਂ ਤੇਰੇ ਰਹਿਮਤ ਦੇ ਬਦਲੇ ਤੈਨੂੰ ਕੀ ਦੇਵਾਂ ਮੈਂ ਕੱਖ ਤੇ ਮਿੱਟੀ ਕਿਸ ਤਰ੍ਹਾਂ ਤੇਰਾ ਸ਼ੁਕਰ ਕਰਾਂ ਮੈਂ ਤੇਰੇ ਰਹਿਮਤ ਦੇ ਗੀਤ ਸਦਾ ਗਾਵਾਂਗੀ ਮੈਂ ਆਪਣੇ ਬदन ਅਤੇ ਰੂਹ ਖਿਆਲਾਂ ਤੇ ਦਿਲੀਲਾਂ ਗੱਲਾਂ ਤੇ ਕੰਮਾਂ ਖੁਸ਼ੀਆਂ ਤੇ ਦੁੱਖਾਂ ਨਾਲੇ ਜ਼ਿੰਦਗੀ ਅਤੇ ਮੌਤ ਨੂੰ ਤੇਰੀ ਨਜ਼ਰ ਕਰਦੀ ਹਾਂ ਮੇਰੇ ਬदन ਨੂੰ ਲੈ ਲੈ ਇਹਦੇ ਵਿੱਚ ਵਾਸ ਆ ਤੈਨੂੰ ਸਭ ਗੁਨਾਹੇ ਸ਼ਾਵਤੋ ਸਾਫ਼ ਰੱਖ ਮੇਰੀ ਮਰਜ਼ੀ ਨੂੰ ਲੈ ਲੈ ਅਤੇ ਨੂੰ ਆਪਣੀ ਮਰਜ਼ੀ ਤੇ ਚਲਾ ਮੇਰੀ ਯਾਦ ਨੂੰ ਲੈ ਲੈ ਅਤੇ ਦੇ ਵਿੱਚ ਰਹਾ ਕਰ ਤਾਂ ਜੋ ਮੈਂ ਤੈਨੂੰ ਕਦੀ ਨਾ ਭੁੱਲਾ ਮੇਰੀ ਅਕਰ ਨੂੰ ਲੈ ਲੈ ਇਹਨੂੰ ਵਦਾ ਤਾਂ ਜੋ ਮੈਂ ਤੈਨੂੰ ਵਧੇਕ ਜਾਣਾ ਅਤੇ ਪਿਆਰ ਕਰਾਂ ਮੈਨੂੰ ਸਾਰੇ ਨੂੰ ਲੈ ਲੈ ਤਾਂ ਜੋ ਮੈਂ ਸਭ ਕੁਝ ਤੇਰੇ ਹੀ ਪਿਆਰ ਵਾਸਤੇ ਕਰਿਆ ਕਰਾਂਗੀ ਆਮੀਨ ਮਸੀ ਸਾਰਿਆਂ ਦੇ ਲਈ ਮਰਿਆ ਤਾਂ ਜੋ ਜਿਹੜੇ ਜਿਉਂਦੇ ਹਨ ਉਹ ਹੁਣ ਅੱਗੇ ਤੋਂ ਆਪਣੇ ਲਈ ਨਹੀਂ ਸਗੋਂ ਉਸ ਤੇ ਲਈ ਜਿਉਂ ਜੋ ਉਹਨਾਂ ਦੀ ਖਾਤਰ ਮਰ ਗਿਆ ਹੈ ਅਤੇ ਉਹਨਾਂ ਦੇ ਲਈ ਜੀ ਉੱਠਿਆ ਹੈ ਹallelujah ਅਸੀਂ ਪ੍ਰਾਰਥਨਾ ਕਰੀ اے ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਆਪਣੇ ਲੋਕਾਂ ਉੱਤੇ ਮਿਹਰ ਕਰਕੇ ਉਹਨਾਂ ਨੂੰ ਆਪਣੀ ਹਜ਼ੂਰੀ ਦੀ ਬਰਕਤ ਦੇ ਜਿਨ੍ਹਾਂ ਨੂੰ ਤੁਸੀਂ ਸਵਰਗੀ ਪੈਦਾ ਨਾਲ ਦਾ ਵਰਦਾਨ ਦਿੱਤਾ ਹੈ ਉਹਨਾਂ ਨੂੰ ਇਨਸਾਨੀ ਕਮਜ਼ੋਰੀ ਦੇ ਰਾਤੋਂ ਜੀਉ ਤੇ ਪ੍ਰਭੂ ਯਿਸੂ ਵਿੱਚ ਨਵੀਂ ਜ਼ਿੰਦਗੀ ਵਿੱਚ ਦਾਖਲ ਹੋਣ ਦੀ ਫਜ਼ਲ ਦੇ ਜੋ ਜੀਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੱਕ ਆਮੀਨ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਰੂਹ ਨਾਲ ਵੀ ਹੋਵੇ ਪੂਰੀ ਕੁਦਰਤ ਵਾਲਾ ਖੁਦਾ ਬਾਪ ਬੇਟਾ ਅਤੇ ਰੂਹ ਪਾਕ ਤੁਹਾਨੂੰ ਆਸ਼ੀਰਵਾਦ ਦੇਵੇ ਆਮੀਨ ਕੁਰਬਾਨੀ ਅਰਪਣ ਕੀਤੀ ਗਈ ਪ੍ਰਭੂ ਦੀ ਸ਼ਾਂਤੀ ਵਿੱਚ ਚਾਹੀਏ ਖੁਦਾ ਦਾ ਸ਼ੁਕਰ ਹੋਵੇ ਦੁਆ ਯਾਦ ਕਰ ਯਾਦ ਕਰ ਐਨਹਤ ਮਿਹਰਬਾਨ ਕੁਆਰੀ ਮਰੀਮ ਪੈ ਜਨ ਇਸ ਨੇ ਆ ਗਿਆ ਕਿ ਕੋਈ ਵੀ ਤੇਰੀ ਬਣਾ ਲੱਗਦੇ ਆ ਤੇਰੀ ਮਦਦ ਚਾਹੁੰਦੇ ਆ ਤੇਰੀ ਸਿਫਾਰਿਸ਼ ਮੰਗਦੇ ਆ ਤੇ ਤੂੰ ਖਲੇ ਗਿਆ ਹੋਵੇ ਇੱਕ ਵਾਰੀ ਕੁਆਰੀ ਆਂਦੀ ਅਤੇ ਮੇਰੀ ਮਾਂ ਇਸ ਤਸਲੀਨਾ ਮੈਂ ਤੇਰੇ ਕੋਲ ਆਂਦੀ ਹਾਂ ਅਤੇ ਤੇਰੇਗੇ ਖਲੋਗੇ ਮੈਂ ਗੁਨਾਹੇ ਰੋਂਦੀ ਹਾਂ ਇਹ ਦੇ ਤਾਰੇ ਹੋਇ ਕਲਾਮ ਦੀ ਮਾਂ मेरे, मेरे आचार हकीन आ जान सगो मेहरबानी नाल सुनी अते कबूल करी आमीन शांति दी रानी मुबारक मां मरियम साडे ले दुआ कर जब से प्यारा यीशु आया मेरा जीवन बदल बदल गया जब से मैंने usse paaya mera jeevan badal badal gaya jab se pyara yesu aaya mera jeevan badal badal gaya is jahan ki gandagi se mujhe chuda जे छुडाया जान दे कै मेरा दिल मेरा मन मेरे काया मेरा दिल मेरा मन मेरी काया मेरा जीवन बदल बदल गया जब से प्यारा यीशु आया मेरा जीवन बदल बदल गया ਜਦਸੇ ਮੈਨੇ ਉਸੇ ਹਪਾਇਆ ਮੇਰਾ ਜੀਵਨ ਬਦਲ ਬਦਲ ਗਿਆ ਵਾ ਬੇਟਾ ਤਿਰੁਪਾਕ ਦੇ ਨਾਮ ਉਤੇ ਆਮੀਨ